प्रणाम तो रमेश चंद्र जी पिंड आओ जोर भगंदड़ जी यानी गल कर ली बोल बोल दी टाइम पे सरपंच इलेक्शन हो गया जी ਇਹ ਗੱਲ ਕਰ ਲਈ ਪੰਚਾਂ ਤੇ ਸਰਪੰਚਾਂ ਦੀ 12 ਕੈਂਡੀਡੇਟ ਸਰਪੰਚੀ ਦੇ ਵਿੱਚ ਖੜੇ ਸੀ ਤੁਸੀਂ ਇਸ ਦਿਨ ਪਿੱਛੇ ਨਾ ਜੀ ਸਭ ਤੋਂ ਇਲੈਕਸ਼ਨ ਲੜਨ ਬਾਰੇ 1 ਸਾਲ ਪਹਿਲਾਂ ਸੋਚਿਆ ਸੀ ਕਿਉਂਕਿ ਜਿੰਨੇ ਵੀ ਸਰਪੰਚ ਬਣੇ ਨੇ ਕੁਝ ਨਹੀਂ ਕੀਤਾ ਕਿਸੇ ਨੇ ਜੀ ਸਾਰਿਆਂ ਨੇ ਆਪ ਦੇ ਘਰ ਹੀ ਭਰਨ ਦਾ ਜ਼ੋਰ ਦਿੱਤਾ ਜੀ ਮੈਂ ਸੋਚਦਾ ਕੋਈ ਵਧੀਆ ਸੁਧਾਰ ਕਰੀਏ ਸਕੂਲ ਅਪਗ੍ਰੇਡ ਕਰਵਾਵਾਂਗੇ ਪੀਣ ਵਾਲਾ ਪਾਣੀ ਬਹੁਤ ਮਾੜਾ ਸਾਡਾ ਪਾਣੀ ਹੋਰ ਜੋ ਗਰੀਬਾਂ ਦੀ ਬਹੁਤ ਸਮੱਸਿਆ ਸਾ ਮੇਰਾ ਪਿੰਡ ਤਕਰੀਬਨ 80% ਗਰੀਬ ਜਾਂਦਾ ਰਹਿੰਦੀ ਹੈ ਜੀ ਉਹਨਾਂ ਬਾਰੇ ਕਿਸੇ ਨੇ ਕੁਝ ਵੀ ਸੋਚਿਆ ਜੀ ਅੱਜ ਤੋਂ 1 ਸਾਲ ਪਹਿਲਾਂ ਮੈਂ ਸਰਵਸੰਮਤੀ ਕਰਨ ਬਾਰੇ ਪਿੰਡ ਨੂੰ ਵਿੱਚ ਇਕੱਠ ਕੀਤਾ ਸੀ ਪਰ ਜਿਹੜੇ ਸ਼ਰਾਰਤੀ ਬੰਦੇ ਸੀ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਕਾਮਯਾਬੀ ਨਹੀਂ ਦਿੱਤੀ ਮੈਂ ਜੀ ਅੱਜ ਜਦੋਂ ਇਲੈਕਸ਼ਨ ਦਾ ਟਾਈਮ ਆਇਆ ਪੰਜਾਬ ਸਰਕਾਰ ਨੇ 15 ਤਰੀਕ ਅਨਾਉਂਸ ਕੀਤੀ ਉਹਦੇ ਵਿੱਚ ਸਾਡੇ ਪਿੰਡ ਦੀ ਸੀਟ ਰਿਜ਼ਰਵ ਕਰ ਦਿੱਤੀ ਗਈ ਜੀ ਚਲੋ ਕੋਈ ਗੱਲ ਨਹੀਂ ਰਿਜ਼ਰਵ ਹੋ ਗਈ ਸੀਟ ਫਿਰ ਮੈਂ ਇਸ ਭਰਾ ਨੂੰ ਸੰਤੋਖ ਸਿੰਘ ਨੂੰ ਥਾਪਣਾ ਦਿੱਤਾ ਵੀ ਮੇਰੀ ਜਗ੍ਹਾ ਤੇ ਤੂੰ ਖੜ ਠੀਕ ਆ ਜੀ ਸਾਰੇ ਪਿੰਡ ਨੇ ਸੋਚਿਆ ਵੀ ਜਿਵੇਂ ਅੱਗੇ ਲੁੱਟਦੇ ਰਹੇ ਆ ਹੁਣ ਵੀ ਲੁੱਟਾਂਗੇ ਤੇ ਤੇਰਾ ਕੈਂਡੀਡੇਟ ਖੜਿਆ ਜੀ 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 ਜਿੰਦੇ ਵਿੱਚੋਂ ਇੱਕ ਮੈਂ ਹੀ ਸੀ ਸਾਰਿਆਂ ਦਾ ਮੁਕਾਬਲਾ ਕੀਤਾ ਤੇ ਸਾਰਿਆਂ ਦੀ ਸੋਚ ਜਿਹੜੀ ਘਟੀਆ ਸੋਚ ਨੂੰ ਅੱਜ ਖਤਮ ਕੀਤਾ ਸੀ ਜੀ ਠੀਕ ਆ ਜੀ ਤੇ ਅੱਜ ਅਸੀਂ ਸਾਨੂੰ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਬਹੁਤ ਵੋਟਾਂ ਪਾਈਆਂ ਅਸੀਂ ਪਿੰਡ ਵਿੱਚੋਂ 50 ਵੋਟਾਂ ਦੇ ਮਾਰਜਨ ਨਾਲ ਜਿੱਤ ਗਿਆ ਜੇ ਗੱਲ ਕਰ ਲਈ ਤੁਸੀਂ ਅੱਜ 50 ਵੋਟਾਂ ਦੇ ਮਾਰਜਨ ਜਿੱਤੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਿੰਡਾਂ ਦੇ ਵਿਕਾਸ ਦੇ ਕੰਮ ਦੇ ਕਿਸ ਤਰ੍ਹਾਂ ਦੇ ਤੁਹਾਡੇ ਜਿਹੜੇ ਐਕਸ਼ਨ ਲਏ ਜਾਣਗੇ ਜਾਂ ਕਿਸ ਤਰ੍ਹਾਂ ਦੇ ਚੱਲੇਗਾ ਵੇਖੋ ਜੀ ਪਿੰਡਾਂ ਦੇ ਵਿਕਾਸ ਅਸੀਂ ਇਸ ਤਰ੍ਹਾਂ ਕਰਾਂਗੇ ਕਿ ਆਉਣ ਵਾਲੇ 5 ਸਾਲਾਂ ਤੋਂ ਬਾਅਦ ਜਦੋਂ ਨਵਾਂ ਇਲੈਕਸ਼ਨ ਆਵੇਗਾ ਤੇ ਪਿੰਡ ਔਜਰ ਫਗੰਦੜ ਦੇ ਲੋਕ ਇੱਥੇ ਚੱਲ ਕੇ ਖੁਦ ਆਉਣ ਕਿ ਤੈਨੂੰ ਹੀ ਸਰਪੰਚ ਬਣਾਉਣਾ ਤੁਹਾਨੂੰ ਆਪਾਂ ਇਹੋ ਜਿਹੇ ਕੰਮ ਕਰਾਂਗੇ ਆਮ ਤੌਰ ਤੇ ਜੇ ਪਿੰਡਾਂ ਦੀ ਗੱਲ ਕੀਤੀ ਜਾਵੇ ਜਦੋਂ ਪੰਚਾਇਤ ਬਣ ਜਾਂਦੀ ਹੈ ਉਹਦੇ ਵਿੱਚ ਕਾਫੀ ਇਹੋ ਜਿਹੇ ਗਿਲੇ ਸ਼ਿਕਵੇ ਹੁੰਦੇ ਨੇ ਵੀ ਤੂੰ ਮੈਨੂੰ ਵੋਟ ਨਹੀਂ ਪਾਈ ਜਾਂ ਮੈਂ ਤੈਨੂੰ ਨਹੀਂ ਪਾਈ ਸਾਨੂੰ ਅੱਜ ਸਾਰੇ ਪਿੰਡ ਦਾ ਸਹਿਯੋਗ ਮਿਲਿਆ ਸਾਰੇ ਪਿੰਡ ਨੇ ਬੜੀ ਵਧੀਆ ਵੋਟ ਤੇ ਜਿਤਾਇਆ ਜੀ ਕਈ ਵਾਰੀ ਜ਼ਿਆਦਾ ਤਾਂ ਮਸਲੇ ਜਿਹੜੇ ਗਰੀਬੀ ਤਬਕੇ ਦੇ ਲੈ ਲਈਏ ਤੇ ਜ਼ਿਆਦਾ ਤਾਂ ਮਨਰੇਗਾ ਤੌਰ ਤੇ ਲਾ ਲਈਏ ਜਾਂ ਵਡੇਪਾ ਪੈਨਸ਼ਨ ਦੇ ਲਾ ਲਈਏ ਜਾਂ ਕੱਚੇ ਮਕਾਨਾਂ ਦੀ ਗੱਲ ਕਰ ਲਈਏ ਜੀ ਇਹਦਾ ਇੰਤਨ ਕਿਸ ਤਰ੍ਹਾਂ ਦਾ ਤੁਹਾਡਾ ਸੋਚ ਜਿਹੜਾ ਵੇਖੋ ਜੀ ਜੋ ਮਨਰੇਗਾ ਸਕੀਮ ਹੈ ਮਨਰੇਗਾ ਵਿੱਚ ਹਰ ਇੱਕ ਗਰੀਬ ਵਰਗ ਨੂੰ ਪਹਿਲ ਦਿੱਤੀ ਜਾਵੇਗੀ 100 ਦਾ 100 ਦਿਨ ਕੰਮ ਦਵਾਵਾਂਗੇ ਫੁੱਲ ਦਿਹਾੜੀ ਪਹਿਲਾਂ ਕੀ ਹੁੰਦਾ ਸੀ 240 ਪਵਾਤੀ 250 ਪਵਾਤੀ ਜਦ ਕਿ 309 ਰੁਪਏ ਸ਼ਾਇਦ ਦਿਹਾੜੀ ਚੱਲਦੀ ਪੂਰੀ ਹੀ ਦਿਹਾੜੀ ਦਿੱਤੀ ਜਾਵੇਗੀ ਤੇ ਬਾਕੀ ਜਿਹੜੇ ਗਰੀਬਾਂ ਦੇ ਕੱਚੇ ਮਕਾਨਾਂ ਬਾਰੇ ਪੂਰਾ ਕੁਝ ਸਾਰੀ ਡਿਟੇਲ ਬਣਾ ਕੇ ਜਿੰਨੇ ਗਰੀਬੀ ਰੇਖਾ ਵਿੱਚ ਨੇ ਜੋ ਗੈਰ ਜ਼ਮੀਨੇ ਲੋਕ ਨੇ ਉਹਨਾਂ ਲੋਕਾਂ ਨੂੰ ਅਸੀਂ ਪੰਚਾਇਤੀ ਜ਼ਮੀਨ ਨੂੰ ਜੋ ਪਲਾਟ ਕੱਟ ਕੇ ਉੱਥੇ ਪਲਾਟ ਦੇਵਾਂਗੇ ਤੇ ਮਕਾਨ ਬਣਾ ਕੇ ਦੇਵਾਂਗੇ ਜੀ ਬਾਬਾ ਜੀ ਨਾਮ ਤੁਹਾਡਾ ਤਿਲਕ ਰਾਜ ਕਿਹੜੇ ਪਿੰਡ ਤੋਂ ਪਿੰਡ ਆਓ ਜੋ ਫਗੰਦੜ ਜੇ ਗੱਲ ਕਰ ਲਈ ਪੰਚਾਇਤੀ ਚੋਣਾਂ ਦੀ ਅੱਜ 12 ਤੋਂ 13 ਕੈਂਡੀਡੇਟ ਖੜੇ ਸੀ ਪੰਚਾਇਤ ਦੇ ਹਾਂਜੀ ਤੇ ਉਹਨਾਂ ਵਿੱਚੋਂ ਜਿਹੜਾ ਇੱਕ ਕੈਂਡੀਡੇਟ ਨੇ ਤੁਹਾਡੇ ਤੋਂ ਬਾਜੀ ਮਾਰ ਲਈ ਗਿਆ ਇਸ ਬਾਰੇ ਕੀ ਕਹਿੰਦੇ ਹੋ ਇਹ ਜੀ ਬੱਚਿਆਂ ਦੀ ਮਿਹਨਤ ਤੇ ਕੁਛ ਇਹਨਾਂ ਦੀ ਲਿਆਕਤ ਤੇ ਜਿਹੜਾ ਆਪਦੇ ਰਸੂਖ ਨਾਲ ਹੀ ਵੋਟਾਂ ਪਈਆਂ ਨੇ ਬਾਕੀ ਕੈਂਡੀਡੇਟ ਸਾਰੇ ਹੀ ਚੰਗੇ ਨੇ ਮਾੜਾ ਕੋਈ ਨਹੀਂ ਅਸੀਂ ਮਾੜਾ ਨਹੀਂ ਕਿਸੇ ਨੂੰ ਗਿਣਦੇ ਜੀ ਪਰ ਪਿੰਡ ਦੇ ਬੰਦਿਆਂ ਨੇ ਸੋਚ ਸਮਝ ਕੇ ਵੋਟ ਪਾਈਏ ਤੇ ਸਹਿਯੋਗ ਦਿੱਤਾ ਇਹਨਾਂ ਨੂੰ ਵੇਖ ਜੀ ਤੇ ਦੂਸਰੀ ਗੱਲ ਕਰ ਲਈ ਬਾਬਾ ਆਮ ਆ ਪਿੰਡਾਂ 'ਚੋਂ ਖਬਰਾਂ ਵੀ ਸੁਣਦੇ ਹਾਂ ਵੀ ਨਸ਼ੇ ਪੱਤੇ ਨੂੰ ਜਿਸ ਤਰ੍ਹਾਂ ਚਿੱਟੇ ਦੀ ਕਵਰੇਜ ਲਾ ਲਓ ਜਾਂ ਖਬਰਾਂ ਦੇ ਵਿੱਚ ਸੁਣਦੇ ਹਾਂ ਤੇ ਇਸ ਤਰ੍ਹਾਂ ਤੁਹਾਡਾ ਕਿਸ ਤਰ੍ਹਾਂ ਦਾ ਸੰਯੋਗ ਰਹੇਗਾ ਨਸ਼ਾ ਤਾਂ ਜਿਹੜੇ ਅੱਜ ਦੇ ਹਾਲਾਤ ਨੇ ਆਪਾਂ ਨੂੰ ਪਤਾ ਹੀ ਹੈ ਪਿੰਡ ਦੇ ਵਿੱਚ ਵੇਖਣ ਸੁਣਨ ਨੂੰ ਮਿਲ ਰਿਹਾ ਵੀ ਨਸ਼ੇ ਆਮ ਹੋ ਗਏ ਨੇ ਆਪਣੇ ਪਿੰਡ ਵਿੱਚ ਵੀ ਨਸ਼ਾ ਚੱਲ ਰਿਹਾ ਹੈ ਅਸੀਂ ਇਹਨਾਂ ਨੂੰ ਅਪੀਲ ਕਰਦੇ ਆ ਵੀ ਤੁਸੀਂ ਪਹਿਲਾ ਕੰਮ ਨਸ਼ਾ ਬੰਦ ਕਰਾਉਣ ਲਈ ਕਰੋ ਜੀ ਤੇ ਬਾਕੀ ਹੋਰ ਜਿਹੜੀਆਂ ਮੰਗਾਂ ਨੇ ਪਿੰਡ ਦੀਆਂ ਉਹਨਾਂ ਤੇ ਜਿਹੜੀਆਂ ਉਮੀਦਾਂ ਨੂੰ ਲੈ ਕੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਉਹਨਾਂ ਤੇ ਖਰੇ ਉਤਰੋ ਜੀ ਗੱਲ ਦੂਸਰੇ ਪਾਸੇ ਦੀ ਕਰ ਲਈਏ ਚੋਰ ਬਜ਼ਾਰੀ ਨੂੰ ਕਿਸ ਤਰ੍ਹਾਂ ਨੱਥ ਪਾਓਗੇ ਚੋਰ ਬਜ਼ਾਰੀ ਨੂੰ ਤਾਂ ਵੇਖੋ ਜੀ ਜੇ ਨੱਥ ਪਾਉਣ ਤੇ ਪ੍ਰੈਸ ਕਰੀਏ ਤੇ ਜੇ ਨਾ ਪਾਈਏ ਤੇ ਫਿਰ ਕਾਹਦੀ ਪੈਣੀ ਨੱਥ ਆਮ ਪੰਚਾਇਤਾਂ ਦਾ ਹੋ ਜਾਂਦਾ ਨਾ ਕਈ ਵੀ ਜਿਵੇਂ ਜਿਸ ਤਰ੍ਹਾਂ ਪਿੰਡਾਂ ਦੇ ਵਿੱਚੋਂ ਕਹਿ ਦਿੰਦੇ ਨੇ ਵੀ ਅਸੀਂ ਕੀ ਲੈਣਾ ਤੁਹਾਡਾ ਉਸ ਤੇ ਮੁੱਦਾ ਕਿਸ ਤਰ੍ਹਾਂ ਦਾ ਕੀ ਲੈਣ ਵਾਲੇ ਪਾਸੇ ਆ ਜਾਣ ਤੇ ਫਿਰ ਤਾਂ ਕੁਝ ਨਹੀਂ ਹੋ ਸਕਦਾ ਫਿਰ ਤਾਂ ਲੋਕਾਂ ਦੀ ਉਮੀਦਾਂ ਤੇ ਪਾਣੀ ਫਿਰ ਜਾਏਗਾ ਤੇ ਜੇ ਲੋਕਾਂ ਦੀ ਉਮੀਦਾਂ ਤੇ ਖਰਾ ਉਤਰਨਾ ਤੇ ਫਿਰ ਤਾਂ ਸਾਰਾ ਕੁਝ ਕਰਨਾ ਹੀ ਪੈਣਾ
आज पूरे गुरदासपुर डिस्ट्रिक्ट दे विच वख-वख थावां ते असी पूरी पुलिस फोर्स ते वहीकल्स और अमनीशन दे नाल जिहड़ा एक फ्लैग मार्च कढ़िया। साडा मेन मोटिव यही है कि असी जिहड़े लोग है उहनां दे विच कॉन्फिडेंस लेकर आईए ताकि उन्होंने अंदर विश्वास रहे कि वो निरपक्ष ते बड़ी स्मूथ चोणा होनी है, कितने भी कोई वायलेंस या कोई क्रिमिनल एक्टिविटी असी नहीं होन देना है। जिहड़े क्रिमिनल या ट्रबल मेकर है उन्होंने भी असी बड़ा ही सख्त संदेश देना चाहते हैं कि वो अपनी गतिविधि पूरी तरह रोक देन। जिथे भी कोई चीज़ साड़ी निगाह दे विच आऊगी तो उन्हों सख्ती दे नाल ते कानून दे दायरे दे विच रहिंदे होए